ਪ੍ਰੋਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮਹਾਮਨਦੀਪ ਜੋਤ ਸਿੰਘ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਫਰੋਡ ਏਜੰਟ ਗ੍ਰਿਫਤਾਰ ਕਰ ਲਿਆ ਗਿਆ ਜੀਹਾਂ ਦੱਸ ਜੀ ਕਿ ਫਰੋਡ ਏਜੰਟ ਵਰਜੇਸ਼ ਮਿਸ਼ਰਾ ਗ੍ਰਿਫਤਾਰ ਕਰ ਲਿਆ ਗਿਆ ਕੈਨੇਡਾ ਦੇ ਵਿਦਿਆਰਥੀ ਮਾਮਲੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਦੱਸਦੇ ਕਿ ਫਰੋਡ ਏਜੰਟ ਵਰਜੇਸ਼ ਮਿਸ਼ਰਾ ਗ੍ਰਿਫਤਾਰ ਕਰ ਲਿਆ ਗਿਆ ਔਰ ਜਲੰਧਰ ਦਾ ਰਹਿਣ ਵਾਲਾ ਸੀ ਵਰਜੇਸ਼ ਮਿਸ਼ਰਾ ਦੱਸਦੇ ਕੈਨੇਡਾ ਚ ਦਾਖਲ ਹੋਣ ਦੀ ਕਰ ਰਿਹਾ ਸੀ ਇਹ ਕੋਸ਼ਿਸ਼ ਔਰ ਨਾਲ ਹੀ ਜੇ ਗੱਲ ਕਰੀ ਤਾਂ ਬਾਰਡਰ ਸੁਰੱਖਿਆ ਏਜੰਸੀ ਨੇ ਗ੍ਰਿਫਤਾਰ ਕੀਤਾ ਜੀਹਾਂ ਦੱਸਦੇ ਕਿ ਵਰਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੰਬੇ ਸਮੇਂ ਤੋਂ ਗ੍ਰਿਫਤਾਰੀ ਦੀਆਂ ਮੰਗ ਚੱਲ ਰਹੀ ਸੀ ਲਗਾਤਾਰ ਵਿਦਿਆਰਥ ਜੋ ਕਿ ਪੀੜਤ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਜਿਹੜੇ ਡਿਪੋਰਟੇਸ਼ਨ ਦਾ ਮਾਮਲਾ ਸਾਹਮਣੇ ਆਇਆ ਸੀ ਕੈਨੇਡਾ ਦੇ ਵਿੱਚ 700 ਵਿਦਿਆਰਥੀ ਜਿਹੜੇ ਡਿਪੋਰਟ ਹੋਣ ਦੀ ਕਗਾਰ ਦੇ ਉੱਪਰ ਆ ਗਏ ਸੀ ਉਹ ਸਾਰਿਆਂ ਦੇ ਦੱਸਦੇ ਕਿ ਜਿੰਨੇ ਵੀ ਡਾਕੂਮੈਂਟ ਬਣੇ ਸੀ ਜਾਂ ਜਿੰਨੇ ਵੀ ਵੀਜ਼ਾਜ਼ ਲੱਗੇ ਸੀ ਉਹਨਾਂ ਦੇ ਜਿਹੜੇ ਥਰੂ ਉਹ ਕੈਨੇਡਾ ਗਏ ਸੀ ਤਾਂ ਉਹ ਏਜੰਟ ਬਰਜੇਸ਼ ਮਿਸ਼ਰਾ ਸੀ ਜੀਹਾਂ ਦੱਸਦੇ ਕਿ ਜਲੰਧਰ ਦੇ ਵਿੱਚ ਇਸ ਦੇ ਵੱਲੋਂ ਆਪਣੀ ਇਮੀਗ੍ਰੇਸ਼ਨ ਕੰਪਨੀ ਚਲਾਈ ਜਾਂਦੀ ਹੈ ਔਰ 2014 ਤੋਂ ਲੈ ਕੇ ਹੁਣ ਤੱਕ ਇਹ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਕੰਮਾਂ ਦੇ ਵਿਚਨ ਬੋਲ ਬਰੇਹਾਤਾ ਦੱਸਦੇ ਕਿ ਲਗਾਤਾਰ ਗਰਾਉਂਡ ਰਹਤੇ ਹੁਣ ਵੀ ਕਿਹਾ ਜਾ ਰਿਹਾ ਕਿ ਕੈਨੇਡਾ ਭੱਜਣ ਦੀ ਫਰਾਗ ਦੇ ਬੇਸੀ ਜੀਆਂ ਦਾਦੇ ਕੈਨੇਡਾ ਚ ਦਾਖਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵਰਜੇਸ਼ ਮਿਸ਼ਰਾ 700 ਦੇ ਕਰੀਬ ਸਟੂਡੈਂਟਾਂ ਦੇ ਨਾਲ ਜਿਹੜਾ ਇਸਨੇ ਧੋਖਾ ਧੜੀ ਕੀਤੀ ਉਹ ਰਲ ਇਲਜ਼ਾਮ ਜਿਹੜੇ ਇਸ ਤੇ ਬੇहद سنگੀਨ ਸੀ ਕਿ ਜਿਹੜੇ ਡਿਪੋਰਟੇਸ਼ਨ ਦੇ ਮਾਮਲੇ ਸਾਹਮਣੇ ਆਏ ਸੀ ਉਹ ਸਾਰੇ ਵਿਦਿਆਰਥੀ ਜਿਹੜੇ ਆ ਜਾਲੀ ਕਾਗਜ਼ ਜਿਹੜੇ ਤਿਆਰ ਕੀਤੇ ਸੀ ਉਹ ਵਰਜੇਸ਼ ਮਿਸ਼ਰਾ ਦੇ ਵੱਲੋਂ ਤਿਆਰ ਕੀਤੇ ਗਏ ਸੀ ਇਮੀਗ੍ਰੇਸ਼ਨ ਆਫਿਸ ਦਾ ਜਲੰਧਰ ਦੇ ਬੇਸੀ ਔਰ ਜਲੰਧਰ ਦੇ ਵਿੱਚ ਦਾਦੇ ਕਿ ਇਮੀਗ੍ਰੇਸ਼ਨ ਆਫਿਸ ਨੂੰ ਪਹਿਲਾਂ ਹੀ ਤਾਲਾ ਲੱਗ ਚੁੱਕਿਆ ਸੀ ਬਰਦਾ ਗ੍ਰਫਤਾਰ ਕਰ ਲਿਆ ਗਿਆ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਜਿਸ ਤੇ ਉੱਪਰ ਸਭ ਦੀਆਂ ਨਜ਼ਰਾਂ ਸੀ ਇਮੀਗ੍ਰੇਸ਼ਨ ਨੂੰ ਲੈ ਕੇ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਵਰਜੇਸ਼ ਮਿਸ਼ਰਾ ਨੂੰ ਕਦੋਂ ਗ੍ਰਫਤਾਰ ਕੀਤਾ ਜਾਏਗਾ ਤਾਂ ਦੱਸ ਦੇ ਕਿ ਉਹਨਾਂ ਵਰਜੇਸ਼ ਮਿਸ਼ਰਾ ਨੂੰ ਗ੍ਰਫਤਾਰ ਕਰ ਲਿਆ ਗਿਆ ਔਰ ਕੈਨੇਡਾ ਦੇ ਵਿੱਚ ਜੀਹਾਂ ਦੱਸ ਦੇ ਕਿ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਵਰਜੇਸ਼ ਮਿਸ਼ਰਾ ਤਾਂ ਜੇ ਗੱਲ ਕਰੀਏ ਵਰਜੇਸ਼ ਮਿਸ਼ਰਾ ਕੌਣ ਹੈ ਤਾਂ ਦੱਸ ਦੇ ਕਿ ਇਹ ਇਮੀਗ੍ਰੇਸ਼ਨ ਕੰਸਲਟੈਂਟ اور 2014 ਤੋਂ ਲੈ ਕੇ ਇਸ ਨੇ ਆਪਣੀ ਫਰਮ ਜਿਹੜੀ ਹੈ ਬਣਾਈ ਸੀ 2014 ਤੋਂ ਇਹ ਕੰਮ ਕਰ ਰਿਹਾ ਹੈ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਔਰ ਈਜ਼ੀ ਵੇ ਇਮੀਗ੍ਰੇਸ਼ਨ ਕੰਸਲਟੈਂਸੀਜ਼ ਦੇ ਨਾਮ ਰੱਖਿਆ ਸੀ ਆਪਣੀ ਫਰਮ ਦਾਤਾ ਦੱਸਦੀ ਹੈ ਕਿ ਇਸ ਤੋਂ ਬਾਅਦ ਜਿਹੜਾ ਪੁਲਿਸ ਨੇ ਇਸ ਤੇ 2013 ਦੇ ਵਿੱਚ ਵੀ ਦੱਸਦੀ ਤੁਹਾਨੂੰ ਕਿ ਰੇਡ ਕੀਤੀ ਗਈ ਸੀ ਉਦੋਂ ਵੀ ਜਿਹੜਾ ਪੁਲਿਸ ਦੇ ਵੱਲੋਂ ਕੈਸ਼ ਬਰਾਮਦ ਕੀਤਾ ਗਿਆ ਸੀ ਔਰ ਪਾਸਪੋਰਟ ਜਿਹੜੇ ਬਰਾਮਦ ਕੀਤੇ ਗਏ ਜੀ ਪਰ ਹੁਣ ਜੇ ਗੱਲ ਕਰੀ ਤਾਂ ਵਰਜੇਸ਼ ਮਿਚਰਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਦੱਸਦੇ ਕਿ ਗ੍ਰਿਫਤਾਰ ਕਰ ਲਿਆ ਗਿਆ ਕਿਹਾ ਜਾਂਦਾ ਹੈ ਕਿ ਜਿਹੜੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਵਿਦਿਆਰਥੀ ਡਿਪੋਰਟੇਸ਼ਨ ਦੇ ਮਾਮਲੇ ਸਾਹਮਣਾ ਕਰ ਰਹੇ ਨੇ ਡਿਪੋਰਟੇਸ਼ਨ ਦੇ ਲਈ ਧਰਨਾ ਲਾ ਰਹੇ ਨੇ ਉਹ ਸਾਰੇ ਜਿਹੜੇ ਪੀੜਤ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਵਰਜੇਸ਼ ਮਿਸ਼ਰਾ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਏਗਾ ਕਿਉਂਕਿ ਉਹਨਾਂ ਦੇ ਸਾਰੇ ਵੀਜ਼ਾ ਪ੍ਰੋਸੈਸ ਜਿਹੜਾ ਸੀ ਉਹ ਵਰਜੇਸ਼ ਮਿਸ਼ਰਾ ਤੋਂ ਹੀ ਸ਼ੁਰੂ ਹੋਇਆ ਸੀ ਤਾਂ ਦੱਸ ਦिए ਕਿ ਵਰਜੇਸ਼ ਮਿਸ਼ਰਾ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਸਟੂਡੈਂਟਾਂ ਦੇ ਲਈ ਮੈਂ ਕਹੂੰਗਾ ਕਿ ਰਾਹਤ ਦੀ ਖਬਰ ਹੈ ਜੀਆਂ ਪੰਜਾਬੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਕਿ ਅਜਿਹੇ ਫਰੌਡ ਏਜੰਟ ਜਿਹੜੇ ਆ ਗ੍ਰਿਫਤਾਰ ਹੋਣ ਲੀਆਂ ਕਿ ਇਸ ਦੇ ਕਈ ਰਸੂਕਦਾਰਾਂ ਦੇ ਨਾਲ ਲਿਆਜ ਨੇ ਔਰ ਇਹ ਵੀ ਗੱਲਾਂ ਚੱਲੀਆਂ ਕਿ ਇਸ ਦੇ ਪੋਲਿਟੀਕਲ ਬੰਦਿਆਂ ਦੇ ਨਾਲ ਲਿੰਕ ਨੇ ਪਰ ਦਾਸ ਦੇ ਕੇ ਹੁਣ ਬਾਰਡਰ ਸੁਰੱਖਿਆ ਏਜੰਸੀ ਦੇ ਵੱਲੋਂ ਵੱਡਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ 700 ਵਿਦਿਆਰਥੀ ਰਿਪੋਰਟ ਆਉਂਦੇ ਕਿਨਾਰੇ ਸੀ ਤੁਹਾਨੂੰ ਦੱਸ ਦੇ ਕੇ ਬਰਜੇਸ਼ ਮਿਸ਼ਲਾ ਹੈ ਕੌਣ ਕਿਉਂ ਇਸ ਨੂੰ ਫਰੌਡ ਕਿਹਾ ਜਾਂਦਾ ਕਿਉਂਕਿ ਜਿਹੜੇ 700 ਵਿਦਿਆਰਥੀ ਸਟੂਡੈਂਟ ਜਿਹੜੇ ਨੇ ਪੰਜਾਬੀ ਬੈਠੇ ਨੇ ਕੈਨੇਡਾ ਦੇ ਬਚਿਆ ਕਿ ਉਹ ਜਿਹੜੇ ਰਿਪੋਰਟੇਸ਼ਨ ਦੇ ਮਾਮਲੇ ਸਾਹਮਣੇ ਕਰ ਰਿਹਾ ਜਿਨ੍ਹਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਤਾਂ ਦੱਸ ਸੰਪਰਕ ਕੀਤਾ ਗਿਆ ਸੀ ਸਨੇਹੀ ਸਾਰਿਆਂ ਦੇ ਵੀਜ਼ਾ ਪ੍ਰੋਸੈਸ ਲਵਾਏ ਸਿਰ ਕਿਹਾ ਜਾਂਦਾ ਹੈ ਕਿ ਜਾਲੀ ਡਾਕੂਮੈਂਟ ਬਣਾਏ ਸਿਰ ਇਸ ਦੀ ਇਥੋਂ ਤੱਕ ਸੈਟਿੰਗ ਸੀ ਕਿ ਇਮੀਗ੍ਰੇਸ਼ਨ ਦੇ ਆਫਿਸ ਜਾ ਕੇ ਕੈਨੇਡਾ ਦੇ ਵਿੱਚ ਵੀ ਜੋ ਇਮੀਗ੍ਰੇਸ਼ਨ ਦੇ ਆਫਿਸ ਉੱਥੇ ਵੀ ਕੁਝ ਇਸ ਦੇ ਆਪਣੇ ਬੰਦੇ ਸੀ ਔਰ 에어ਪੋਰਟ ਦੇ ਉੱਪਰ ਵੀ ਇਸ ਦੇ ਕੁਝ ਆਪਣੇ ਬੰਦੇ ਸੀ ਅੱਜ ਤੱਕ ਇਸ ਦੇ ਲਿੰਕ ਸਾਹਮਣੇ ਆਉਂਦੇ ਹਤਾ ਦੱਸ ਦੇ ਕਿ ਵਰਜੇਸ਼ ਮਿਸ਼ਰਾ ਦੀ ਭਾਲ ਸੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਕਿਹਾ ਜਾਂਦਾ ਕਿ ਇਹ ਅੰਡਰਗਰਾਉਂਡ ਚੱਲ ਰਿਹਾ ਸੀ ਇਸ ਦਾ ਇਮੀਗ੍ਰੇਸ਼ਨ ਜੋ ਆਫਿਸ ਜਲੰਧਰ ਦੇ ਵਿੱਚ ਉੱਥੇ ਵੀ ਕੋਈ ਨਹੀਂ ਸੀ ਤਾਂ ਦੱਸ ਦੇ ਕਿ ਉਹਨਾਂ ਵਰਜੇਸ਼ ਮਿਸ਼ਰਾ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਹੁਣ ਤੱਕ ਦੀ ਸਭ ਤੋਂ ਵੱਡੀ ਕਵਰ ਸਾਹਮਣੇ ਆ ਰਹੀ ਹੈ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਪੰਜਾਬੀਆਂ ਦੇ ਤੱਕ ਪਹੁੰਚ ਜਾਵੇ ਕਿ ਵਰਜੇਸ਼ ਮਿਸ਼ਰਾ ਜਿਸ ਨੇ ਪੰਜਾਬੀ ਬੱਚਿਆਂ ਦੇ ਨਾਲ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ ਜਿਸ ਨੇ ਫਰੌ ਪਿੱਛੇ ਜਾਣਾ ਪਵੇਗਾ ਕੈਨੇਡਾ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਹਾਂ ਤੁਹਾਨੂੰ ਦੱਸ ਦੇ ਕਿ ਕੈਨੇਡਾ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਬਾਰਡਰ ਸੁਰੱਖਿਆ ਏਜੰਸੀ ਦੇ ਵੱਲੋਂ ਲਗਾਤਾਰ ਟਰੈਪ ਲਾਇਆ ਗਿਆ ਸੀ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਨੂੰ ਵੀ ਖਾਸ ਤੌਰ ਤੇ ਇਸ ਦੀ ਭਾਲ ਸੀ ਕੈਨੇਡਾ ਦਾ ਜੇ ਡਿਪੋਰਟੇਸ਼ਨ ਦਾ ਮਾਮਲਾ ਦਸੀਏ ਤਾਂ ਇਹ ਲਗਾਤਾਰ ਪੰਜਾਬ ਦਾ ਨਹੀਂ ਲੈ ਗਿਆ ਸੀ ਸਗੋਂ ਇਸ ਦੇ ਵਿੱਚ ਸੈਂਟਰਲ ਏਜੰਸੀਆਂ ਵੀ ਇਨਵੋਲਵ ਹੋ ਗਈਆਂ ਸੀ ਜਦੋਂ ਪਾਰਲੀਮੈਂਟ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਪ੍ਰਸਤਾਵ ਲਿਆਂਦਾ ਜਾਂਦਾ ਜਸਟਿਸ ਜੇ ਗੱਲ ਕਹਿੰਦਾ ਅਪ ਜਿਹੜੇ ਟਰੂਡੋ ਨੇ ਦੱਸਦੇ ਕਿ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਜਿਹੜਾ ਕਿਹਾ ਜਾਂਦਾ ਕਿ ਹੁਣ ਵਿਦਿਆਰਥੀਆਂ ਨੂੰ ਡਿਪੋਰਟ ਨਹੀਂ ਕੀਤਾ ਜਾਏਗਾ ਤਾਂ ਦੱਸਦੇ ਕਿ ਹੁਣ ਉਸ ਤੋਂ ਬਾਅਦ ਜਿਹੜਾ ਲਗਾਤਾਰ ਪੁਲਿਸ ਨੂੰ ਇਸ ਦੀ ਭਾਲ ਸੀ ਔਰ ਹੁਣ ਉਹ ਜੇ ਗੱਲ ਕਰੀਏ ਤਾਂ ਵਰਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋਈ ਹੈ ਜੀ ਆਂ ਦੱਸਦੇ ਕਿ ਫਰਾਡ ਏਜੰਟ ਵਰਜੇਸ਼ ਮਿਸ਼ਰਾ ਗ੍ਰਿਫਤਾਰ ਕਰ ਲਿਆ ਗਿਆ ਕੈਨੇਡਾ ਦੇ ਵਿੱਚ ਦਾਖਲ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਹਿਲਾਂ 700 ਵਿਦਿਆਰਥੀ ਜਿਹੜੇ ਡਿਪੋਰਟੇਸ਼ਨ ਦੇ ਸਾਹਮਣਾ ਕਰ ਰਹੇ ਨੇ ਵਿਦਿਆਰਥੀਆਂ ਦੇ ਨਾਲ ਜੋ ਖਿਲਵਾੜ ਹੋਇਆ ਉਹਨਾਂ ਦੇ ਵੱਲੋਂ ਇੰਟਰਵਿਊਜ਼ ਕੀਤੀਆਂ ਜਾਂਦੀਆਂ ਸੀ ਕੇ ਭਾਈ ਵਰਜੇਸ਼ ਮੇਸ਼ਰਾ ਤੋਂ ਅਸੀਂ ਵੀਜ਼ਾ ਲਵਾਏ ਸੀ ਵਰਜੇਸ਼ ਮੇਸ਼ਲਾ ਹੀ ਜਿਹੜਾ ਉਹੀ ਫਰਾਡ ਏਜੰਟ ਹੈ ਜਲੰਧਰ ਦਾ ਵਰਜੇਸ਼ ਮੇਸ਼ਰਾ ਦੱਸ ਦੇ ਕੇ 2013-14 ਦੇ ਤਕਰੀਬਨ ਨੇੜੇ ਕਿਹਾ ਜਾਂਦਾ ਹੈ ਕਿ ਇਸ ਨੇ ਆਪਣੀ ਫਰਮ ਰਜਿਸਟਰ ਕੀਤੀ ਕਈ ਵਾਰ ਤਾਂ ਇਹ ਵੀ ਖਬਰਾਂ ਸਾਹਮਣੇ ਆਉਂਦੀ ਹੈ ਕਿ ਪਿੱਛੋ ਜੇ ਗੱਲ ਕਰੀਏ ਤਾਂ ਇਸ ਦਾ ਬੈਕਗ੍ਰਾਉਂਡ ਜੋ ਬਿਹਾਰ ਨਾਲ ਸੰਬੰਧਿਤ ਰੱਖਦਾ ਤਾਂ ਦੱਸ ਦੇ ਕਿ ਹੁਣ ਵਰਜੇਸ਼ ਮੇਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਭ ਤੋਂ ਵੱਡੀ ਖਬਰ ਦੇ ਰਿਹਾ ਤੁਹਾਨੂੰ ਵਰਜੇਸ਼ ਮੇਸ਼ਰਾ ਗ੍ਰਿਫਤਾਰ ਹੋ ਗਿਆ ਜੀ ਹਾਂ ਦਾ ਜੀ ਕਿ ਕੈਨੇਡਾ ਦੇ ਵਿੱਚ ਜੋ ਵਿਦਿਆਰਥੀ ਡਿਪੋਰਟੇਸ਼ਨ ਦੇ ਮਾਮਲਿਆਂ ਨਾਲ ਸਾਹਮਣਾ ਕਰ ਰਹੇ ਨੇ ਏਜੰਟ ਦੇ ਨਾਲ ਸੰਬੰਧਤ ਨੇ ਸਾਰੇ ਇਹ ਕਹਿ ਰਹੇ ਨੇ ਕਿ ਇਸ ਦੇ ਵੱਲੋਂ ਹੀ ਝਾਲੀ ਡਾਕੂਮੈਂਟ ਬਣਾਏ ਗਏ ਝਾਲੀ ਡਾਕੂਮੈਂਟ ਦੇ ਬੇਸ ਦੇ ਉੱਪਰ ਇਸ ਨੇ ਕੈਨੇਡਾ ਭੇਜੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦਾ ਇਸ ਦਾ ਨੈਕਸਸ ਹੋਊਗਾ ਕਿੱਡਾ ਵੱਡਾ ਫਰਾਡ ਏਜੰਸੀ ਜਿਸ ਦੇ ਇਨੇ ਲਿੰਕ ਸੀ ਕਿ 700 ਸਟੂਡੈਂਟ ਨੂੰ ਝਾਲੀ ਡਾਕੂਮੈਂਟ ਬਣਾ ਕੇ ਉੱਥੇ ਭੇਜ ਵੀ ਦਿੱਤਾ 에ਰਪੋਰਟ ਤੋਂ ਵੀ ਐਂਟਰ ਹੋ ਗਏ ਉੱਥੇ ਵੀ 에ਰਪੋਰਟ ਦੇ ਉੱਪਰ ਐਂਟਰ ਹੋ ਗਏ ਔਰ ਉੱਥੇ ਰਹੇ ਵੀ ਰਹੇ 3-4 ਸਾਲ ਉੱਥੇ ਰਹੇ ਵੀ ਕੰਮ ਵੀ ਕੀਤਾ ਪਰ ਜਦੋਂ ਪੀਆਰ ਦਾ ਮਾਮਲਾ ਆਉਂਦਾ ਜਦੋਂ ਪੀਆਰ ਦੇ ਮਾਮਲੇ ਦੇ ਲਈ ਜਿਹੜਾ ਡਾਕੂਮੈਂਟ ਖ ਇਹ ਵਿਦਿਆਰਥੀ ਆਏ ਨੇ ਤਾਦਾਦ ਦੇ ਕਿ ਵਿਦਿਆਰਥੀਆਂ ਦੇ ਨਾਲ ਖਿਲਵਾੜ ਕਰਨ ਵਾਲਾ ਫਰਾਡ ਏਜੰਟ ਵਰਜੇਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਲੇਟੈਸਟ ਖਬਰ ਦੇ ਰਹੇ ਹਾਂ ਤੁਹਾਨੂੰ ਵਰਜੇਸ਼ ਮਿਸ਼ਰਾ ਨੂੰ ਅਰੈਸਟ ਕਰ ਰਿਆ ਗਿਆ ਕੈਨੇਡਾ ਦੇ ਵਿੱਚ ਦਾਸ ਦੇ ਕਿ ਕੈਨੇਡਾ ਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਨਾਲ ਹੀ ਬਾਰਡਰ ਸੁਰੱਖਿਆ ਏਜੰਸੀ ਦੇ ਵੱਲੋਂ ਇਹ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਇਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਦਾਸ ਦੇ ਕਿ ਲਗਾਤਾਰ ਪੰਜਾਬ ਪੁਲਿਸ ਵੀ ਇਸ ਦੀ ਪੈੜ ਨਾ ਪਰੀ ਸੀ ਪੰਜਾਬ ਪੁਲਿਸ ਨੂੰ ਵੀ ਇਸ ਦੀ ਭਾਲ ਸੀ ਔਰ ਜੇ ਗੱਲ ਕਰਦੇ ਆ ਤਾਂ ਵਰਜੇਸ਼ ਮਿਸ਼ਰਾ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲ ਰਹੀਆਂ ਸੀ ਕਿ ਕਦੋਂ ਇਸ ਦੀ ਅਰੈਸਟ ਹੋਏਗੀ ਕਦੋਂ ਇਸ ਨੂੰ ਗ੍ਰਿਫਤਾਰ ਕੀਤਾ ਜਾਏਗਾ ਤਾਂ ਦਾਸ ਦੇ ਕਿ ਉਹਨਾਂ ਵਰਜੇਸ਼ ਮਿਸ਼ਰਾ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇੱਕ ਪੰਜਾਬੀਆਂ ਦੇ ਲਈ ਸੁੱਖ ਦਾ ਸਾਮ ਹੈ ਕਹਿ ਸਕਦਾ ਕਿਉਂਕਿ ਜਿਹੜੇ ਫਰੌਡ ਏਜੰਟ ਤੋਂ ਨਜਾਤ ਪਾਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਰਹਿੰਦਾ ਕੋਈ ਹੱਕ ਨਹੀਂ ਆ ਜੋ ਪੰਜਾਬੀਆਂ ਦੇ ਨਾਲ ਅਜਿਹਾ ਸਲੂਕ ਕਰਦਿਆ ਜਾਲੀ ਡਾਕੂਮੈਂਟ ਬਣਾਉਂਦਿਆ ਤਾਂ ਹੁਣ ਫਰੌਡ ਏਜੰਟ ਵਰਜੇਸ਼ ਮੇਸ਼ਰਾ ਦੀ ਗ੍ਰਿਫਤਾਰੀ ਜਿਹੜੀ ਆ ਹੋ ਚੁੱਕੀ ਆ ਦਸਜੇ ਕੇ ਬਾਰਡਰ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਿਹੜਾ ਹੈ ਆਪਰੇਸ਼ਨ ਕੀਤਾ ਗਿਆ ਬਾਰਡਰ ਸੁਰੱਖਿਆ ਏਜੰਸੀਆਂ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਵਰਜੀਸ਼ ਮਿਸ਼ਰਾ ਦੀ ਔਰ ਵਰਜੀਸ਼ ਮਿਸ਼ਰਾ ਨੂੰ ਹੁਣ ਸਲਾਕਾਂ ਦੇ ਪਿੱਛੇ ਭੇਜਿਆ ਜਾਏਗਾ ਕਿਉਂਕਿ ਇਸ ਦੇ ਉੱਪਰ ਸੰਗੀਨ આરોਪ ਨੇ ਲਗਾਤਾਰ ਇਸ ਦੀ ਭਾਚਾਰ ਰਹੀ ਸੀ 700 ਵਿਦਿਆਰਥੀਆਂ ਦਾ ਮਾਮਲਾ ਕੱਲੇ ਪੰਜਾਬ ਤੱਕ ਸੀਮਿਤ ਨਹੀਂ ਰਹਿ ਗਿਆ ਸੀ ਦਸਜੇ ਕੇ ਹੋਮ ਅਫੇਅਰ ਵੀ ਨਾਲ ਜੁੜਿਆ ਹੋਇਆ ਸੀ ਕਿਉਂਕਿ ਜਦੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਟਰੂਡੋ ਜਿਹੜੇ ਆ ਕੇ ਜਸਟਿਨ ਟਰੂਡੋ ਖੁਦ ਆ ਕੇ ਇੰਟਰਸਟ ਰਹਿੰਦੇ ਔਰ ਖੁਦੋ ਕ ਜਿਹੜੀ ਆ ਨਹੀਂ ਕਰਾਂਗੇ ਸੁਰੱਖਿਆ ਸਟੂਡੈਂਟਾਂ ਦੀ ਅਸੀਂ ਕਰਾਂਗੇ ਸਟੂਡੈਂਟਾਂ ਦਾ ਜਿਹੜਾ ਭਵੇਕਾ ਉਹ ਸੁਰੱਖਿਅਤ ਹਦਾ ਦੱਸ ਦੇ ਕਿ ਹੁਣ ਫਰਾਡ ਏਜੰਟ ਗ੍ਰਿਫਤਾਰ ਕਰ ਲਿਆ ਕੈਨੇਡਾ ਵਿਦਿਆਰਥੀ ਮਾਮਲੇ ਨਾਲ ਜੁੜੀ ਸਭ ਤੋਂ ਵੱਡੀ ਖਬਰ